2022 ਦੇ ਵਿੱਚ ਜਦੋਂ ਸਾਰੀ ਦੁਨੀਆ ਦੀਆਂ ਨਜ਼ਰਾਂ ਰਸ਼ੀਆ ਤੇ ਯੂਕਰੇਨ ਯੁੱਧ ਦੇ ਉੱਪਰ ਸਨ ਉਦੋਂ ਹੀ ਏਸ਼ੀਆ ਦੇ ਦੂਜੇ ਪਾਸੇ ਇੱਕ ਦੇਸ਼ ਬਹੁਤ ਹੀ ਖਤਰਨਾਕ ਹਥਿਆਰ ਬਣਾਉਣ ਵਿੱਚ ਲੱਗਿਆ ਹੋਇਆ ਸੀ। ਇਹ ਇੱਕ ਅਜਿਹਾ ਹਥਿਆਰ ਸੀ ਜਿਹੜਾ ਇਸ ਤੋਂ ਪਹਿਲਾਂ ਕਿਸੇ ਵੀ ਦੇਸ਼ ਨੇ ਨਹੀਂ ਬਣਾਇਆ ਸੀ। ਚਾਈਨਾ ਦੇ ਬਿਲਕੁਲ ਨਾਲ ਜੁੜਿਆ ਹੋਇਆ ਇਹ ਦੇਸ਼ ਹੈ ਨਾਰਥ ਕੋਰੀਆ। ਨਾਰਥ ਕੋਰੀਆ ਨੇ 2022 ਦੇ ਵਿੱਚ 90 ਬਲੈਸਟਿਕ ਮਿਜ਼ਾਈਲ ਦੇ ਟੈਸਟ ਕੀਤੇ। ਇਹਨਾਂ ਦੇ ਵਿੱਚੋਂ 8 ਮਿਜ਼ਾਈਲਾਂ ਤਾਂ ਇਸ ਤਰ੍ਹਾਂ ਦੀਆਂ ਸਨ ਜਿਹੜੀਆਂ ਕਿ ਇੰਟਰਕੌਂਟੀਨੈਂਟਲ ਯਾਨੀ ਕਿ ਇੱਕ ਮਹਾਦੀਪ ਤੋਂ ਦੂਜੇ ਮਹਾਦੀਪ ਤੱਕ ਮਾਰ ਕਰ ਸਕਦੀਆਂ ਸਨ। ਤੇ ਫਿਰ 24 ਅਗਸਤ 2022 ਨੂੰ ਨਾਰਥ ਕੋਰੀਆ ਨੇ ਇੱਕ ਅਜਿਹੀ ਇੰਟਰਕੌਂਟੀਨੈਂਟਲ ਮਿਜ਼ਾਈਲ ਫਾਇਰ ਕੀਤੀ ਜਿਹੜੀ ਧਰਤੀ ਤੋਂ 6,000 ਕਿਲੋਮੀਟਰ ਉੱਪਰ ਚਲੀ ਗਈ ਤੇ ਫਿਰ ਇਹ ਮਿਜ਼ਾਈਲ ਵਾਪਸ ਥੱਲੇ ਨੂੰ ਆ ਕੇ ਜਾਪਾਨ ਦੇ ਹੋਕਾਡੂ ਆਈਲੈਂਡ ਦੇ ਬਿਲਕੁਲ ਨਾਲ ਜਾਪਾਨ ਦੇ ਸਮੁੰਦਰ ਦੇ ਵਿੱਚ ਡਿੱਗ ਜਾਂਦੀ ਹੈ। ਯਾਨੀ ਕਿ ਇਹ ਮਿਜ਼ਾਈਲ ਨੇ ਟੋਟਲ 12,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ। ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਇਸ ਮਿਜ਼ਾਈਲ ਦੀ ਮਾਰ 12,000 ਕਿਲੋਮੀਟਰ ਦੂਰ ਤੱਕ ਹੈ। ਅੱਜ ਤੱਕ ਕਿਸੇ ਵੀ ਦੇਸ਼ ਦੇ ਕੋਲ, ਇੱਥੋਂ ਤੱਕ ਕਿ ਅਮਰੀਕਾ ਕੋਲ ਵੀ ਅਜਿਹੀ ਕੋਈ ਮਿਜ਼ਾਈਲ ਨਹੀਂ ਹੈ ਜਿਸ ਦੀ ਮਾਰ ਇੰਨੀ ਜ਼ਿਆਦਾ ਦੂਰ ਤੱਕ ਹੋਵੇ। ਇਹ ਮਿਜ਼ਾਈਲ ਦੇ ਐਕਸਪੈਰੀਮੈਂਟ ਤੋਂ ਬਾਅਦ ਪੂਰੇ ਅਮਰੀਕਾ ਦੇ ਵਿੱਚ ਖਲਬਲੀ ਮੱਚ ਗਈ। ਜੇਕਰ ਅਸੀਂ ਜੀਓਗ੍ਰਾਫੀਕਲੀ ਦੇਖੀਏ ਤਾਂ ਅਮਰੀਕਾ ਸਾਰੀ ਦੁਨੀਆ ਦੇ ਨਾਲੋਂ ਬਹੁਤ ਜ਼ਿਆਦਾ ਦੂਰ ਹੈ ਤੇ ਇਸ ਦੇ ਆਲੇ ਦੁਆਲੇ ਸਮੁੰਦਰ ਹੀ ਸਮੁੰਦਰ ਹੈ। ਜੇਕਰ ਅਸੀਂ ਵੈਸਟਰਨ ਤੇ ਅਫਰੀਕਾ ਸਾਈਡ ਤੋਂ ਦੇਖੀਏ ਤਾਂ ਇਹਨਾਂ ਦੇ ਵਿਚਕਾਰ 5,000 ਕਿਲੋਮੀਟਰ ਦਾ ਅਟਲਾਂਟਿਕ ਸਾਗਰ ਹੈ। ਜੇਕਰ ਈਸਟਰਨ ਸਾਈਡ ਤੋਂ ਦੇਖੀਏ ਤਾਂ ਅਮਰੀਕਾ ਤੇ ਈਸਟਰਨ ਸਾਈਡ ਦੇ ਵਿਚਕਾਰ 10,000 ਕਿਲੋਮੀਟਰ ਲੰਬਾ ਪੈਸੀਫਿਕ ਓਸ਼ੀਅਨ ਪੈਂਦਾ ਹੈ। ਅਮਰੀਕਾ ਦੇ ਲਈ ਸਾਰੀ ਦੁਨੀਆ ਤੋਂ ਇੰਨਾ ਜ਼ਿਆਦਾ ਦੂਰ ਹੋਣਾ ਉਸ ਦੇ ਲਈ ਕਾਫੀ ਜ਼ਿਆਦਾ ਫਾਇਦੇਮੰਦ ਵੀ ਰਿਹਾ ਹੈ। ਇਹੀ ਕਾਰਨ ਹੈ ਕਿ ਕਿਸੇ ਵੀ ਵਰਲਡ ਵਾਰ ਦੇ ਵਿੱਚ ਅਮਰੀਕਾ ਦੇ ਉੱਪਰ ਕਦੇ ਵੀ ਡਾਇਰੈਕਟ ਅਟੈਕ ਨਹੀਂ ਹੋਇਆ। ਸਿਰਫ ਜਾਪਾਨ ਨੇ ਹੀ ਅਮਰੀਕਾ ਦੇ ਪਰਲ ਹਾਰਬਰ ਦੇ ਉੱਪਰ ਅਟੈਕ ਕੀਤਾ ਸੀ, ਉਹ ਵੀ ਉੱਥੇ ਖੜੇ ਅਮਰੀਕਾ ਦੇ ਸ਼ਿਪ ਤੱਕ ਹੀ ਪਹੁੰਚ ਸਕਿਆ ਸੀ। ਨਾਰਥ ਕੋਰੀਆ ਦੇ ਇਸ ਮਿਜ਼ਾਈਲ ਦੇ ਐਕਸਪੈਰੀਮੈਂਟ ਦਾ ਇੰਨਾ ਜ਼ਿਆਦਾ ਅਮਰੀਕਾ ਦੇ ਉੱਪਰ ਅਸਰ ਹੋਇਆ ਕਿ ਅਗਲੇ ਦਿਨ ਹੀ ਅਮਰੀਕਾ ਦੀ ਏਅਰ ਫੋਰਸ ਨੇ ਤੇ ਸਾਊਥ ਕੋਰੀਆ ਦੀ ਏਅਰ ਫੋਰਸ ਨੇ ਇਕੱਠਿਆਂ ਨੇ ਜਾਪਾਨ ਤੱਕ ਗਸ਼ਤ ਕੀਤੀ। ਉੱਤਰ ਕੋਰੀਆ ਨੇ ਜਿਹੜੀ ਇੰਟਰਕੌਂਟੀਨੈਂਟਲ ਮਿਜ਼ਾਈਲ ਟੈਸਟ ਕੀਤੀ ਹੈ, ਇਸ ਦਾ ਮਤਲਬ ਇਹ ਹੈ ਕਿ ਉੱਤਰ ਕੋਰੀਆ ਦੇ ਨਿਸ਼ਾਨੇ ਤੇ ਹੁਣ ਪੂਰਾ ਅਮਰੀਕਾ ਹੈ। ਪਰ ਇਹ ਵੀ ਇੱਕ ਬਹੁਤ ਛੋਟਾ ਜਿਹਾ ਕਾਰਨ ਹੈ ਜਿਸ ਦੇ ਕਾਰਨ ਨਾਰਥ ਕੋਰੀਆ ਦੇ ਉੱਪਰ ਅਟੈਕ ਕਰਨਾ ਇੰਨਾ ਜ਼ਿਆਦਾ ਮੁਸ਼ਕਲ ਹੈ। 2022 ਦੇ ਵਿੱਚ ਨਾਰਥ ਕੋਰੀਆ ਨੇ ਸਿਰਫ ਇਹੀ ਇੰਟਰਕੌਂਟੀਨੈਂਟਲ ਮਿਜ਼ਾਈਲ ਦੇ ਟੈਸਟ ਨਹੀਂ ਕੀਤੇ ਬਲਕਿ 4 ਅਕਤੂਬਰ 2022 ਨੂੰ ਨਾਰਥ ਕੋਰੀਆ ਨੇ ਇੱਕ ਸ਼ਾਰਟ ਰੇਂਜ ਬਲੈਸਟਿਕ ਮਿਜ਼ਾਈਲ ਦਾ ਵੀ ਟੈਸਟ ਕੀਤਾ। ਨਾਰਥ ਕੋਰੀਆ ਦਾ ਇਹ ਮਿਜ਼ਾਈਲ ਜਾਪਾਨ ਦੇ ਉੱਪਰ ਦੀ ਹੁੰਦਾ ਹੋਇਆ 4,600 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੈਸੀਫਿਕ ਓਸ਼ੀਅਨ ਦੇ ਵਿੱਚ ਜਾ ਡਿੱਗਾ। ਇਹਨਾਂ ਮਿਜ਼ਾਈਲ ਦੇ ਨਾਲ ਹੁਣ ਨਾਰਥ ਕੋਰੀਆ, ਜਾਪਾਨ, ਸਾਊਥ ਕੋਰੀਆ ਤੇ ਗੁਆਮ ਦੇ ਵਿੱਚ ਜਿਹੜੇ ਅਮਰੀਕੀ ਬੇਸ ਬਣੇ ਹੋਏ ਨੇ ਉਹਨਾਂ ਸਾਰਿਆਂ ਨੂੰ ਤਬਾਹ ਕਰ ਸਕਦਾ ਹੈ। ਇਸ ਤੋਂ ਵੀ ਜ਼ਿਆਦਾ ਡਰਾਵਣੀ ਗੱਲ ਇਹ ਹੈ ਕਿ ਨਾਰਥ ਕੋਰੀਆ ਹੁਣ ਨਿਊਕਲੀਅਰ ਮਿਜ਼ਾਈਲ ਦੇ ਉੱਪਰ ਵੀ ਕੰਮ ਕਰ ਰਿਹਾ ਹੈ। ਇਹ ਇੱਕ ਟੈਕਟੀਕਲ ਨਾਰਮਲ ਮਿਜ਼ਾਈਲ ਦੇ ਉੱਪਰ ਕੰਮ ਕਰ ਰਿਹਾ ਹੈ ਜਿਹੜੀ ਕਿ ਇੱਕ ਨਾਰਮਲ ਨਿਊਕਲੀਅਰ ਮਿਜ਼ਾਈਲ ਤੋਂ ਕਾਫੀ ਜ਼ਿਆਦਾ ਅਲੱਗ ਹੁੰਦੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਟੈਕਟੀਕਲ ਨਿਊਕਲੀਅਰ ਮਿਜ਼ਾਈਲ ਦਾ ਸਾਈਜ਼ ਕਾਫੀ ਜ਼ਿਆਦਾ ਛੋਟਾ ਹੁੰਦਾ ਹੈ। ਇਸ ਦੇ ਨਾਲ ਤੁਸੀਂ ਸ਼ਾਰਟ ਰੇਂਜ ਦੇ ਜਿਹੜੇ ਡਿਸਟੈਂਸ ਨੇ ਉਹਨਾਂ ਨੂੰ ਆਸਾਨੀ ਦੇ ਨਾਲ ਟਾਰਗੇਟ ਬਣਾ ਸਕਦੇ ਹੋ। ਦੂਜਾ, ਇਹਨਾਂ ਨੂੰ ਚਲਾਉਣ ਦੇ ਲਈ ਕਿਸੇ ਪਨਡੁੱਬੀ ਦੀ ਜਾਂ ਜੈਟ ਪਲੇਨ ਦੀ ਜ਼ਰੂਰਤ ਨਹੀਂ ਹੁੰਦੀ। ਤੁਸੀਂ ਕਿਸੇ ਵੀ ਨਾਰਮਲ ਮਿਜ਼ਾਈਲ ਲਾਂਚਰ ਤੋਂ ਇਹਨਾਂ ਨੂੰ ਲਾਂਚ ਕਰ ਸਕਦੇ ਹੋ ਜਾਂ ਕਹੀਏ ਇਹਨਾਂ ਨੂੰ ਚਲਾ ਸਕਦੇ ਹੋ। ਤੀਜਾ, ਇਸ ਦਾ ਵੱਡਾ ਕਾਰਨ ਇਹ ਹੈ ਕਿ ਨਿਊਕਲੀਅਰ ਮਿਜ਼ਾਈਲ ਚਲਾਉਣ ਦੇ ਲਈ ਰਾਸ਼ਟਰਪਤੀ ਜਾਂ ਉਸ ਦੇਸ਼ ਦੀ ਪ੍ਰਧਾਨ ਮੰਤਰੀ ਦੀ ਇਜਾਜ਼ਤ ਲੈਣੀ ਪੈਂਦੀ ਹੈ, ਪਰ ਟੈਕਟੀਕਲ ਮਿਜ਼ਾਈਲ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਇਸ ਦੇ ਲਈ ਕਿਸੇ ਦੀ ਵੀ ਇਜਾਜ਼ਤ ਦੀ ਲੋੜ ਨਹੀਂ, ਇਸ ਨੂੰ ਕੋਈ ਵੀ ਨਾਰਮਲ ਫੌਜੀ ਚਲਾ ਸਕਦਾ ਹੈ। ਜਿੱਥੇ ਆਮ ਨਿਊਕਲੀਅਰ ਬੰਬ ਪੂਰੇ ਸ਼ਹਿਰ ਨੂੰ ਤਬਾਹ ਕਰ ਦਿੰਦੇ ਨੇ, ਉੱਥੇ ਹੀ ਇਹ ਨਿਊਕਲੀਅਰ ਟੈਕਟੀਕਲ ਮਿਜ਼ਾਈਲ ਇੱਕ ਖਾਸ ਟਾਰਗੇਟ ਨੂੰ ਆਪਣਾ ਨਿਸ਼ਾਨਾ ਬਣਾ ਕੇ ਤਬਾਹ ਕਰ ਸਕਦੀ ਹੈ। ਇਸ ਟੈਕਟੀਕਲ ਨਿਊਕਲੀਅਰ ਮਿਜ਼ਾਈਲ ਦੇ ਨਾਲ ਤੁਸੀਂ ਦੁਸ਼ਮਣ ਦਾ ਮਿਲਟਰੀ ਬੇਸ ਜਾਂ ਉਹਨਾਂ ਦੀ ਪੂਰੀ ਬਟਾਲੀਅਨ ਨੂੰ ਤਬਾਹ ਕਰ ਸਕਦੇ ਹੋ। ਨਾਰਥ ਕੋਰੀਆ ਨੂੰ ਇਹ ਗੱਲ ਚੰਗੀ ਤਰ੍ਹਾਂ ਦੇ ਨਾਲ ਪਤਾ ਹੈ ਕਿ ਜੇਕਰ ਉਸ ਦੀ ਸਾਊਥ ਕੋਰੀਆ ਦੇ ਨਾਲ ਜਾਂ ਅਮਰੀਕਾ ਦੇ ਨਾਲ ਲੜਾਈ ਲੱਗਦੀ ਹੈ ਤੇ ਉਹ ਸਾਊਥ ਕੋਰੀਆ ਤੇ ਅਮਰੀਕਾ ਦੇ ਉੱਪਰ ਇੰਟਰਕੌਂਟੀਨੈਂਟਲ ਟੈਕਟੀਕਲ ਨਿਊਕਲੀਅਰ ਮਿਜ਼ਾਈਲ ਨੂੰ ਫਾਇਰ ਕਰ ਦਿੰਦਾ ਹੈ, ਤਾਂ ਉਸ ਦੇ ਬਦਲੇ ਵਿੱਚ ਅਮਰੀਕਾ ਉਸ ਦੇ ਉੱਪਰ 4 ਨਿਊਕਲੀਅਰ ਮਿਜ਼ਾਈਲ ਨੂੰ ਫਾਇਰ ਕਰ ਦੇਵੇ ਜਿਸ ਦੇ ਨਾਲ ਨਾਰਥ ਕੋਰੀਆ ਪੂਰਾ ਤਬਾਹ ਹੋ ਜਾਵੇਗਾ। ਉੱਥੇ ਹੀ ਜੇਕਰ ਦੂਜੇ ਪਾਸੇ ਟੈਂਕਾਂ ਤੇ ਜਹਾਜ਼ਾਂ ਦੇ ਨਾਲ ਜੇਕਰ ਨਾਰਥ ਕੋਰੀਆ ਅਮਰੀਕਾ ਦੇ ਨਾਲ ਲੜਾਈ ਲੜਦਾ ਹੈ ਤਾਂ ਅਮਰੀਕਾ ਉਸ ਨੂੰ ਕੁਝ ਹੀ ਹਫ਼ਤਿਆਂ ਦੇ ਵਿੱਚ ਹਰਾ ਦੇਵੇਗਾ, ਕਿਉਂਕਿ ਅਮਰੀਕਾ ਦੇ ਤਕਰੀਬਨ 30,000 ਫੌਜੀ ਸਾਊਥ ਕੋਰੀਆ ਦੇ ਵਿੱਚ ਨੇ, ਉਹਨਾਂ ਦੇ 50,000 ਫੌਜੀ ਜਾਪਾਨ ਦੇ ਵਿੱਚ ਨੇ ਤੇ 22,000 ਫੌਜੀ ਗੁਆਮ ਦੇ ਵਿੱਚ ਨੇ। ਦੇ ਵਿੱਚ ਹੀ ਅਮਰੀਕਾ ਦਾ ਸਭ ਤੋਂ ਵੱਡਾ ਸਮੁੰਦਰੀ ਜਹਾਜ਼ਾਂ ਦਾ ਬੇਸ ਹੈ ਜਿੱਥੇ ਹਰ ਵਕਤ 2,000 ਮਿਲਟਰੀ ਜੈਟ ਤਿਆਰ ਰਹਿੰਦੇ ਨੇ। ਇਸ ਲਈ ਨਾਰਥ ਕੋਰੀਆ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਨਿਊਕਲੀਅਰ ਹਥਿਆਰ ਤੋਂ ਬਿਨਾਂ ਅਮਰੀਕਾ ਦੇ ਨਾਲ ਨਹੀਂ ਲੜ ਸਕਦਾ। ਨਿਊਕਲੀਅਰ ਮਿਜ਼ਾਈਲ ਦੇ ਨਾਲ ਨਾਰਥ ਕੋਰੀਆ ਨੂੰ ਇਹ ਖਤਰਾ ਹੈ ਕਿ ਜੇਕਰ ਉਹ ਅਮਰੀਕਾ ਦੇ ਉੱਪਰ ਅਟੈਕ ਕਰਦਾ ਹੈ ਤਾਂ ਅਮਰੀਕਾ ਦੀਆਂ ਪਨਡੁੱਬੀਆਂ ਵੀ ਉਸ ਦੇ ਉੱਪਰ ਜਦੇ ਹੀ ਨਿਊਕਲੀਅਰ ਵੈਪਨ ਦੇ ਨਾਲ ਅਟੈਕ ਕਰ ਦੇਣਗੀਆਂ। ਇਸ ਲਈ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਨਾਰਥ ਕੋਰੀਆ ਇੱਕ ਟੈਕਟੀਕਲ ਨਿਊਕਲੀਅਰ ਮਿਜ਼ਾਈਲ ਬਣਾ ਰਿਹਾ ਹੈ ਤਾਂ ਕਿ ਲੜਾਈ ਲੱਗਣ ਦੀ ਸੂਰਤ ਦੇ ਵਿੱਚ ਨਾਰਥ ਕੋਰੀਆ ਆਪਣੀਆਂ ਇਹਨਾਂ ਟੈਕਟੀਕਲ ਮਿਜ਼ਾਈਲਾਂ ਦੇ ਨਾਲ ਜਾਪਾਨ, ਸਾਊਥ ਕੋਰੀਆ ਤੇ ਹਵਾਈ ਦੇ ਵਿੱਚ ਜਿਹੜੇ ਅਮਰੀਕਨ ਸੈਨਾ ਦੇ ਮਿਲਟਰੀ ਟਿਕਾਣੇ ਨੇ ਉਹਨਾਂ ਨੂੰ ਇਕੱਠਿਆਂ ਤਬਾਹ ਕਰ ਸਕੇ ਤਾਂ ਕਿ ਇੱਕੋ ਝਟਕੇ ਦੇ ਵਿੱਚ ਹੀ ਇੱਥੋਂ ਅਮਰੀਕਾ ਦੀ ਆਰਮੀ ਤਬਾਹ ਹੋ ਸਕੇ ਤੇ ਇਸ ਤੋਂ ਬਿਨਾਂ ਅਮਰੀਕਾ ਦੇ ਇੱਧਰ ਕੋਈ ਵੀ ਮਿਲਟਰੀ ਬੇਸ ਨਹੀਂ ਹਨ। ਤੇ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਇਹ ਹੈ ਕਿ ਇੱਥੇ ਇੱਕ ਛੋਟੀ ਜਿਹੀ ਗਲਤੀ ਵੀ ਬਹੁਤ ਵੱਡੀ ਤਬਾਹੀ ਮਚਾ ਸਕਦੀ ਹੈ।
कोरिया ते अमेरिका पक्के दोस्त ने, इस करके अमेरिका का पूरा जोर लग्या होया है कि नॉर्थ कोरिया न्यूक्लियर हथियारां दे उपर काम करना बंद कर देवे। पर नॉर्थ कोरिया नूं इह चीज दे लई मनाउणा कोई सौखा काम नहीं। जेकर अमेरिका अपनी मिलटरी दे नाल नॉर्थ कोरिया दे उपर प्रेशर बनाउण दी कोशिश करेगा तां सिरफरे नॉर्थ कोरिया दा कोई पता नहीं कि उह की कर देवे, क्योंकि नॉर्थ कोरिया दा डिक्टेटर किंग युआन इन्ना ज्यादा सिरफरिया है कि जेकर अमेरिका ने उस नूं माड़ा जिहा छेड़िया तां न्यूक्लियर वैपन चलाउण तों भी गुरेज नहीं करेगा। तां इत्थे अमेरिका दे कोल सिर्फ इक्को इक राह इह बचदा है कि उह नॉर्थ कोरिया दे उपर इकोनॉमिक सैशन लगा देवे। पर अमेरिका दी इह ऑप्शन भी फेल हो जाएगी। इस दा वड्डा कारण है चाइना, क्योंकि चाइना नॉर्थ कोरिया दा सब तो वड्डा व्यापारक पार्टनर है ते नॉर्थ कोरिया अपना 95% व्यापार दा जिहड़ा लैण देण है उह चाइना दे नाल ही करदा है। इही पैसे दे नाल नॉर्थ कोरिया दी इकोनॉमी भी चलदी है ते नॉर्थ कोरिया ते चाइना दे विच इक संधि भी हुई है जिस दे अनुसार जेकर इन्हां दोनों देशां दे विचों किसी एक देश ते भी कोई तीजा देश हमला करदा है तां इह दोनों देश रल के उस विरुद्ध लड़नगे। इस तरह इह दो बहुत वड्डे कारण ने जिस दे कारण नॉर्थ कोरिया नूं ਹਰਾਉਣਾ ਮੁਸ਼ਕਲ ਹੈ। ਇੱਕ ਤਾਂ ਉਸਦੇ ਕੋਲ ਨੇ ਨਿਊਕਲੀਅਰ ਬਲੈਸਟਿਕ ਮਿਜ਼ਾਈਲ ਤੇ ਦੂਜਾ ਉਸ ਨੂੰ ਚਾਈਨਾ ਦੀ ਸਪੋਰਟ ਹੈ। ਇਸ ਕਰਕੇ ਅੱਜ ਦੇ ਦਿਨ ਤੱਕ ਵੀ ਨਾਰਥ ਕੋਰੀਆ ਅਮਰੀਕਾ ਦੇ ਲਈ ਇੱਕ ਸਿਰਦਰਦ ਬਣਿਆ ਹੋਇਆ ਹੈ। ਜਿੰਨੀ ਤੇਜ਼ੀ ਦੇ ਨਾਲ ਨਾਰਥ ਕੋਰੀਆ ਨਿਊਕਲੀਅਰ ਵੈਪਨ ਦੇ ਉੱਪਰ ਕੰਮ ਕਰ ਰਿਹਾ ਹੈ, ਇਸ ਤੋਂ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਅੱਗੇ ਜਾ ਕੇ ਹੋਰ ਵੀ ਬਹੁਤ ਖਤਰਨਾਕ ਤੋਂ ਖਤਰਨਾਕ ਬੰਬ ਬਣਾਏਗਾ। ਤੇ ਅੱਜ ਦੇ ਦਿਨ ਪੂਰੀ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਹਿੰਮਤ ਨਹੀਂ ਕਿ ਉਹ ਨਾਰਥ ਕੋਰੀਆ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਉਸ ਨੂੰ ਇਹ ਕਹਿ ਸਕੇ ਕਿ ਉਹ ਨਿਊਕਲੀਅਰ ਬੰਬ ਬਣਾਉਣਾ ਬੰਦ ਕਰ ਦੇਵੇ, ਕਿਉਂਕਿ ਨਾਰਥ ਕੋਰੀਆ ਨੂੰ ਇਹ ਗੱਲ ਤਾਂ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ ਦੇਸ਼ਾਂ ਨੇ ਅਮਰੀਕਾ ਦੇ ਪਿੱਛੇ ਲੱਗ ਕੇ ਆਪਣੇ ਨਿਊਕਲੀਅਰ ਪ੍ਰੋਗਰਾਮ ਬੰਦ ਕਰ ਦਿੱਤੇ ਸਨ ਉਹਨਾਂ ਦਾ ਬਾਅਦ ਦੇ ਵਿੱਚ ਹਾਲ ਕੀ ਹੋਇਆ। ਇਰਾਕ, ਲੀਬੀਆ ਤੇ ਯੂਕਰੇਨ ਇਹ ਸਾਰੀਆਂ ਤਾਜ਼ੀਆਂ ਉਦਾਹਰਨਾਂ ਨੇ। ਇਹਨਾਂ ਤਿੰਨਾਂ ਨੇ ਅਮਰੀਕਾ ਦੇ ਪਿੱਛੇ ਲੱਗ ਕੇ ਆਪਣੇ ਨਿਊਕਲੀਅਰ ਪ੍ਰੋਗਰਾਮ ਬੰਦ ਕਰ ਦਿੱਤੇ ਸਨ ਤੇ ਬਾਅਦ ਦੇ ਵਿੱਚ ਇਹਨਾਂ ਦਾ ਹਾਲ ਕੀ ਹੋਇਆ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੇ ਸਮੇਂ ਪੂਰੀ ਦੁਨੀਆ ਦਾ ਜੇਕਰ ਕੋਈ ਤਕੜਾ ਦੇਸ਼ ਆਪਾਂ ਕਹਿ ਦਈਏ ਜਿਸ ਤੋਂ ਅਮਰੀਕਾ ਵੀ ਚੱਲਦਾ ਹੈ ਤਾਂ ਉਹ ਦੇਸ਼ ਹੈ ਨਾਰਥ ਕੋਰੀਆ। ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।